ਜਸਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਨੂੰ 3 ਮਹੀਨੇ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ ਇਸ ਵਿਚਾਲੇ ਬਹੁਤ ਸਾਰੇ ਕਿਸਾਨਾਂ ਦੀ ਸ਼ਹਾਦਤ ਵੀ ਹੋ ਚੁੱਕੀ ਹੈ باوجود ਇਸ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਉਹਦਾ ਹੀ ਕਹਿਣਾ ਹੈ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਪਰਤਣਗੇ ਤੇ ਇਸੇ ਵਿਚਾਲੇ ਬਹੁਤ ਸਾਰੇ ਲੋਕ ਨੇ ਜੋ ਆਪ ਕੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਦੇ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਨੇ ਇਸੇ ਤਰ੍ਹਾਂ ਦੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਰਿਲੇ ਟਾਰਚ ਰਨ ਦੇ ਲਈ ਕੀਤੀ ਜਾਣੀ ਹੈ ਜਿਸ ਦੇ ਬਹੁਤ ਸਾਰੇ ਨੌਜਵਾਨ ਜੜੀ ਨੇ ਤੇ ਹੋਰ ਵੀ ਜੋ ਲੋਕ ਨੇ ਉਹ ਦਿੱਲੀ ਤੱਕ ਪਹੁੰਚ ਕਰਨਗੇ ਸਿੰਘੂ ਬਾਰਡਰ ਤੇ ਪਹੁੰਚਣ ਕੇ ਦੌੜ ਲਗਾ ਕੇ ਸਾਡੇ ਨਾਲ ਕਰਮ ਬਾਠ ਨੇ ਪੇਸ਼ੇ ਤੋਂ ਐਕਟਰ ਨੇ ਪ੍ਰੋਡਿਊਸਰ ਨੇ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਟੀਵੀ ਤੇ ਥੈਂਕ ਯੂ ਜਸਟੀਵੀ ਦੇਖ ਰਹੇ ਸਾਰੇ ਈਵਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਕੰਮ ਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਜਿਹੜੀ ਇਹ ਰਿਲੇ ਟਾਰਚ ਰੰਤ ਤੁਸੀਂ ਰੱਖੀ ਹੈ ਕੀ ਇਹਦਾ ਮਕਸਦ ਹੈ ਕਦੋਂ ਇਸਦੀ ਸ਼ੁਰੂਆਤ ਹੋਣੀ ਹੈ ਤੇ ਕੌਣ-ਕੌਣ ਦੇ ਵਿੱਚ ਸ਼ਾਮਲ ਹੋ ਸਕਦਾ ਬੇਸਿਕਲੀ ਅਸੀਂ ਜਿਹੜਾ ਇੱਕ ਯੂਥ ਹੈਗਾ ਸਾਡੀ ਇੱਕ ਟੀਮ ਹੈਗੀ ਹੈ ਉਹ ਇੱਕ ਰਨ ਕਰਨ ਜਾ ਰਹੀ ਹੈ ਜਿਹੜਾ ਰਿਲੇ ਰਨ ਹੈ ਜਿਹੜਾ ਇਹ ਟਾਰਚ ਆਫ ਯੂਨਿਟੀ ਦਾ ਜਿਹੜਾ ਅਸੀਂ ਰਨ ਕਰ ਰਹੇ ਹੈਗੇ ਹਾਂ ਸਰੰਦ ਤੋਂ 1 ਮਾਰਚ ਨੂੰ ਸਟਾਰਟ ਹੋਣਾ ਹੈਗਾ ਸੋ 3 ਮਾਰਚ ਨੂੰ ਇਹਨੇ ਸਿੰਘੂ ਪਹੁੰਚਣਾ ਹੈਗਾ ਤੋਂ ਅਸੀਂ ਇਹ ਰਨ ਜਿਹੜਾ ਕਰ ਜਾ ਰਹੇ ਹੈਗੇ ਹਾਂ ਸਰੰਦ ਤੋਂ 9:30 ਵਜੇ ਗੁਰਦੁਆਰਾ ਜੋਤੀ ਸਰੂਪ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਹੈਗੀ ਹੈ ਜਿਨ੍ਹਾਂ ਨੇ ਮੁਗਲ ਰਾਜ ਦੇ ਨਾਲ ਲੜਦੇ ਹੋਏ ਸ਼ਹਾਦਤ ਦਿੱਤੀ ਸੀ ਅਸੀਂ ਉਸੇ ਧਰਤੀ ਦੇ ਉੱਪਰੋਂ ਰਨ ਸ਼ੁਰੂ ਕਰ ਰਹੇ ਹੈਗੇ ਆ ਜਿਹੜਾ 9:30 ਵਜੇ ਗੁਰਦੁਆਰਾ ਜੋਤੀਸਰੂਪ ਤੋਂ ਸ਼ੁਰੂ ਕੀਤਾ ਜਾਣਾ ਪਹਿਲੀ ਮਾਰਚ ਨੂੰ ਤੇ ਪਹਿਲੇ ਦਿਨ ਅਸੀਂ ਸ਼ਾਹਬਾਦ ਤੱਕ ਜਾਣਾ ਹੈ ਨੈਕਸਟ ਡੇ ਅਸੀਂ ਸ਼ਾਹਬਾਦ ਤੋਂ ਸੋਨੀਪੱਤ ਤੱਕ ਤੇ 3rd ਡੇ ਅਸੀਂ ਸਿੰਘੂ ਬਾਰਡਰ ਤੱਕ ਜਾਣਾ ਹੈਗਾ ਆਪਣੇ ਕਿਸਾਨ ਭਰਾਵਾਾਸਤੇ ਤਿੰਨ ਦਿਨਾਂ ਜਿਹਨੂੰ ਪੂਰਾ ਕਰਉ ਬਿਲਕੁਲ ਜੀ ਇਹ ਜਿਹੜਾ ਰਿਲੇ ਰਨ ਹੈ ਇਹ 3 ਡੇਜ਼ ਦਾ ਰਨ ਹੈਗਾ ਟਾਰਚ ਰਨ ਹੈਗਾ ਟਾਰਚ ਆਫ ਯੂਨਿਟੀ ਜੀ ਜੇ ਸਾਡਾ ਮੋਟੂ ਹੈਗਾ ਇਹ ਅਸੀਂ 3 ਡੇਜ਼ ਦੇ ਵਿੱਚ ਇਹਨੂੰ ਮੰਦ ਦੇ ਵਿੱਚ ਕਿ ਇਸ ਤਰੀਕੇ ਨਾਲ ਰੈਲੇ ਟਾਰਚ ਰੱਖਣ ਦਾ ਮਕਸਦ ਕੀ ਹੈ ਕੀ ਸੋਚ ਕੇ ਵਿਚਾਰ ਆ ਮੰਦ ਦੇ ਵਿੱਚ ਤੇ ਦੇ ਵਿੱਚ ਹਿੱਸਾ ਕੌਣ-ਕੌਣ ਲੈ ਰਿਹਾ ਹੈ ਤੇ ਕੌਣ-ਕੌਣ ਲੈ ਸਕਦਾ ਹੈ ਦੇਖੋ ਇਹਦੇ ਵਿੱਚ ਹਿੱਸਾ ਕੋਈ ਵੀ ਲੈ ਸਕਦਾ ਜਿਹਦੀ ਜਿਵੇਂ ਸਾਡੇ ਵਿੱਚ ਕਿੰਨੇ ਬੰਦੇ ਆ ਰਹੇ ਜਿਹੜੇ ਕੋਈ 2 ਕਿਲੋਮੀਟਰ ਭੱਜਣ ਆ ਰਹੇ ਕੋਈ 5 ਕਿਲੋਮੀਟਰ ਭੱਜਣ ਆ ਰਿਹਾ ਕੋਈ 10 ਕਿਲੋਮੀਟਰ ਭੱਜਣ ਵਾਲਾ ਵੀ ਆ ਰਿਹਾ ਦੇਖੋ ਮੈਂ ਐਵੇਂ ਸੋਚਦਾ ਹਾਂ ਵੀ ਸਿੰਗਰ ਕੀ ਕਰਦਾ ਆਪਣਾ ਸਪੋਰਟ ਕਰਨ ਵਾਸਤੇ ਸਿੰਗ ਕਰ ਦਿੰਦਾ ਗਾਣਾ ਗਾ ਦਿੰਦਾ ਸੋ ਹੁਣ ਅਸੀਂ ਐਥਲੀਟਸ ਹਾਂ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਕਿਵੇਂ ਫਾਰਮਰਸ ਨੂੰ ਸਪੋਰਟ ਕਰ ਸਕਦੇ ਹਾਂ ਦੇਖੋ ਕਿੰਨੇ ਮਹੀਨਿਆਂ ਤੋਂ ਲੀਡੀਜ਼ ਨੇ ਜੈਂਟਸ ਬੈਠੇ ਐ ਬਜ਼ੁਰਗ ਬੈਠੇ ਨੇ ਬੱਚੇ ਬੈਠੇ ਨੇ ਹਨਾ ਆਪਾਂ ਉਹਨਾਂ ਨੂੰ ਇਨਕਰੇਜ ਕਰਨਾ ਇੱਕ ਟੈਰੀ ਫੌਕਸ ਸੀਗਾ ਕੈਨੇਡੀਅਨ ਉਹਨੂੰ ਕੈਂਸਰ ਹੋ ਗਿਆ ਸੀ ਉਹਦੀ ਇੱਕ ਲੱਤ ਜਿਹੜੀ ਕੱਟ ਦਿੱਤੀ ਗਈ ਸੀ ਟੈਰੀ ਫੌਕਸ ਨੇ ਕੈਨੇਡਾ ਦੇ ਇੱਕ ਪੋਰਸ਼ਨ ਤੋਂ ਲੈ ਕੇ ਸਾਊਥ ਤੋਂ ਲੈ ਕੇ ਨਾਰਥ ਤੱਕ ਸਿੰਗਲ ਲੈਗ ਦੇ ਉੱਪਰ ਰਨ ਕੀਤਾ ਸੀ ਟੂ ਕ੍ਰੀਏਟ ਅਵੇਅਰਨੈਸ ਐਂਡ ਸਪੋਰਟ ਦ ਕੌਜ਼ ਇਹ ਜਿਹੜੇ ਫਾਰਮ ਬਿਲਸ ਵੀ ਨੇ ਇਹ ਸਾਡੇ ਲਈ ਕੈਂਸਰ ਦੀ ਤਰ੍ਹਾਂ ਨੇ ਠੀਕ ਹੈ ਨਾ ਸੋ ਇਸ ਕਰਕੇ ਮੈਂ ਸੋਚਦਾ ਹਾਂ ਕਿ ਯੂਥ ਨੂੰ ਜਾਂ ਸਾਨੂੰ ਜਾਂ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਇਹ ਫਾਰਮ ਬਿਲਸ ਦੇ ਅਗੇਂਸਟ ਲੜਨਾ ਚਾਹੀਦਾ ਹੈ ਤਾਂਕਿ ਅਸੀਂ ਆਪਣੀ ਜਿਹੜੀ ਸਟਰੈਂਥ ਹੈ ਜਿਹੜੀ ਯੂਨਿਟੀ ਹੈ ਉਹਨੂੰ ਅਸੀਂ ਡੈਮੋਨਸਟ੍ਰੇਟ ਕਰ ਸਕੀਏ ਤੇ ਹਾਲ ਫਿਲਹਾਲ ਜੋ ਅੰਦੋਲਨ ਦੀ ਸਥਿਤੀ ਹੈ 3 ਮਹੀਨੇ ਹੋ ਚੁੱਕੇ ਹੈ ਬਹੁਤ ਸਾਰੇ ਕਿਸਾਨਾਂ ਦੀ ਸ਼ਹਾਦਤ ਹੋ ਗਈ ਹੈ ਤੇ ਸਰਕਾਰ ਜਿਹੜੀ ਹੈ ਉਹ ਹਾਲੇ ਵੀ ਅੜੀ ਹੋਈ ਹੈ ਸਰਕਾਰ ਦੇ ਮੰਤਰੀ ਗੱਲਬਾਤ ਲਈ ਤਾਂ ਕਹਿ ਰਹੇ ਨੇ ਕਿ ਅਸੀਂ ਤਿਆਰ ਹਾਂ ਕਿ ਗੱਲਬਾਤ ਲਈ ਆਜੋ ਪਰ ਉਹਨਾਂ ਦਾ ਜਿਹੜਾ ਸਟੈਂਡ ਹੈ ਉਹ ਉੱਥੇ ਹੀ ਰੁਕਿਆ ਹੋਇਆ ਹੈ ਤਾਂ ਇਸ ਵੇਲੇ ਤੁਸੀਂ ਕੀ ਇਸ ਵੇਲੇ ਕੀ ਸਥਿਤੀ ਦੇਖ ਰਹੇ ਹੋ ਅੰਦੋਲਨ ਦੀ ਦੇਖੋ ਮੇਰਾ ਪਰਸਨਲ opinion ਇਹ ਹੀ ਹੈ ਸਰਕਾਰ ਅੱਜ ਭਾਵੇਂ ਜੋ ਮਰਜ਼ੀ ਕਹੀ ਜਾਵੇ ਜੇ ਇਹ ਅੰਦੋਲਨ ਹੋਰ 3 ਮਹੀਨੇ 4 ਮਹੀਨੇ ਚੱਲੇ ਜਾਂਦਾ ਹੈ ਅਪਕਮਿੰਗ ਇਲੈਕਸ਼ਨਸ ਆ ਰਹੀਆਂ ਨੇ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਗਵਰਨਮੈਂਟ ਤੇ ਮਾਊਂਟ ਹੋਊਗਾ ਕਿਉਂਕਿ ਦੇਖੋ ਨਾ ਅੱਜ ਦੀ ਹੁਣ ਪਿੱਛੇ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਈਆਂ ਸੀ ਬੀਜੇਪੀ ਨੂੰ ਬਹੁਤ ਲੈਸ ਵੋਟਿੰਗ ਹੋਈ ਸੀਗੀ ਸੋ ਵੈਨ ਇਟ ਕਮਸ ਟੂ ਥੈਟ ਪੁਆਇੰਟ ਕਿ ਜਦੋਂ ਉਹ ਪ੍ਰੈਸ਼ਰ ਫੀਲ ਕਰਨ ਲੱਗ ਜਾਣਗੇ ਵੀ ਯਾਰ ਇਹ ਤਾਂ ਇਲੈਕਸ਼ਨ ਆ ਸਿਰਤੇ ਨੇ ਵੀ ਜੇ ਇਵੇਂ ਹੀ ਚੱਲਦਾ ਰਿਹਾ ਤਾਂ ਕੱਲ ਨੂੰ ਅਸੀਂ ਇਲੈਕਸ਼ਨਸ ਲੂਜ਼ ਕਰ ਸਕਦੇ ਆ ਤਾਂ ਆਬਵੀਅਸਲੀ ਉਹਨਾਂ ਤੇ ਉਹ ਜਿਹੜਾ ਹੈਗਾ ਪ੍ਰੈਸ਼ਰ ਵਧੂਗਾ ਬਾਕੀ ਦੇਖੋ ਅਕਾਲਪੁਰ ਕ ਵੈਗਰੂ ਜਦੋਂ ਕੋਈ ਵੀ ਆਪਾਂ ਕਹਿ ਲਓ ਵੀ ਆਪਣੇ ਪਾਪਾਂ ਦਾ ਘੜਾ ਭਰ ਜਾਂਦਾ ਤਾਂ ਉਹ ਇਨਸਾਫ ਜਸਟੀਫਿਕੇਸ਼ਨ ਇੱਕ ਦਿਨ ਹੁੰਦੀ ਹੈ ਸੋ ਆਲਰੇਡੀ ਕਿੰਨੀ ਸ਼ਹਾਤਾ ਹੋ ਗਈਆਂ ਕਿੰਨੀ ਮਾਵਾਂ ਦੇ ਬੱਚੇ ਸ਼ਹੀਦ ਹੋ ਚੁੱਕੇ ਐ ਠੀਕ ਐ ਲੇਟਲੀ ਨਵਰੀਤ ਨੂੰ ਗੋਲੀ ਵੱਜ ਗਈ ਮਤਲਬ ਕਿੰਨੀ ਮੰਦ ਭਾਗੀ ਗੱਲ ਐ ਵੀ ਆਪਣੇ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਕਿੰਨੇ ਪ੍ਰੋਟੈਸਟ ਹੁੰਦੇ ਤੇ ਅੱਜ ਤੱਕ ਕਿੰਨੇ ਬੰਦਿਆਂ ਨੂੰ ਗੋਲੀ ਵੱਜੀ ਐ ਆਪਣਾ ਫਾਰਮਰ ਸ਼ਹੀਦ ਹੋਇਆ ਬਾਕੀ ਕਿੰਨਿਆਂ ਦੇ ਪੁੱਤ ਚਲੇ ਗਏ ਹਣਾ ਸੋ ਮਾਮਾ ਫੇਰ ਸਭ ਤੋਂ ਵੱਡੀ ਗੱਲ ਉਹ ਮਾਮਾ ਨੂੰ ਤਾਂ ਮੇਰਾ ਕਹਿ ਲਓ ਵੀ ਦਿਲੋਂ ਸਲਾਮ ਹੈ ਸਲੂਟ ਵੱਜਦਾ ਮੇਰਾ ਉਹਨਾਂ ਨੂੰ ਜਿਹੜੀਆਂ ਫੇਰ ਉੱਥੇ ਡਟੀਆਂ ਨੇ ਤੋ ਆਪਾਂ ਕਿੰਨੀਆਂ ਇੰਟਰਵਿਊਜ਼ ਦੇਖਦੇ ਆ ਹਨ ਡਿਫਰੈਂਟ ਚੈਨਲਸ ਤੇ ਮੁੰਡਾ ਸ਼ਹੀਦੀ ਹੋ ਗਈ ਮੁੰਡੇ ਦੀ ਫੇਰ ਦਵਾਰਾ ਜਾ ਕੇ ਉੱਥੇ ਡਟੇ ਹੋਈ ਹੈ ਤੇ ਇਸ ਮੌਕੇ ਦੇ ਵਿੱਚ ਮੇਰੇ ਅੰਦਰੋਂ ਤਾਂ ਬਹੁਤ ਜ਼ਿਆਦਾ ਵੀ ਕਹਿ ਲਓ ਵੀ ਮਤਲਬ ਪ੍ਰੋਵੋਕੇਸ਼ਨਸ ਹੋਈਆਂ ਵੀ ਦੇਖੋ ਇੰਨੀ ਵੱਡੀ ਜੰਗ ਲੜ ਗਈ ਹੋਈ ਹੈ ਮੈਂ ਉਥੇ ਬਾਹਰਲੇ ਕੰਟਰੀ 'ਚ ਬੈਠਾ ਤੇ ਮਤਲਬ ਆਪਾਂ ਉਥੇ ਇੰਜੋਏ ਕਰਦੇ ਰਹੀਏ ਮਤਲਬ ਉਹ ਮੇਰੀ ਨੇਚਰ ਨਹੀਂ ਹੈਗੀ ਮੈਨੂੰ ਐਵੇਂ ਵੀ ਜਦੋਂ جنگ ਲੜ ਗਈ ਲੱਗ ਗਈ ਤਾਂ ਮੈਂ ਜਾ ਕੇ ਉੱਥੇ ਆਪਣੇ ਭਾਈਆਂ ਦੇ ਨਾਲ ਖੜਾ ਹੋਵਾਂ ਸੋ ਉਹ ਚੀਜ਼ ਨੇ ਮੈਨੂੰ ਬਹੁਤ ਇਨਕਰੇਜ ਕੀਤਾ ਕਿ ਨਹੀਂ ਮੈਂ ਪਹਿਲਾਂ ਵੀ ਦਸੰਬਰ ਚ ਆਇਆ ਸੀ ਮੈਂ ਹੁਣ ਆਪਣੀ ਫੈਮਲੀਜ਼ ਨੂੰ ਵੀ ਲੈ ਕੇ ਆਇਆ ਮੇਰਾ ਸਨ ਬਹੁਤ ਐਕਸਾਈਟਿਡ ਹੈ ਉਹ ਕਹਿੰਦਾ ਪਾਪਾ ਮੈਂ ਵੀ ਤੁਹਾਡੇ ਨਾਲ ਭੱਜਣਾ ਸੋ ਇਹ ਸਾਰੀ ਚੀਜ਼ਾਂ ਨੇ ਮੈਨੂੰ ਬਹੁਤ ਇਨਕਰੇਜ ਕੀਤਾ ਤੇ ਮੈਂ ਇੱਕ ਸਾਰੀ ਜਿਹੜੀ ਸਾਡੀ ਟੀਮ ਹੈਗੀ ਆ ਪਟਿਆਲਾ ਵੱਲੋਂ ਵਿੱਕੀ ਮਾਨ O2 ਜਿਮ ਦੇ ਹੈਗੇ ਆ ਉਹਨਾਂ ਨੇ ਨਾਲ ਸਾਡੇ ਸਪੌਂਸਰ ਕੀਤਾ ਮੈਂ ਤੇ ਵਿੱਕੀ ਮਾਨ ਨੇ ਜੁਆਇੰਟਲੀ ਇਹ ਜਿਹੜਾ ਹੈਗਾ ਸਪੌਂਸਰ ਕੀਤਾ ਤੇ ਅਸੀਂ ਇਹ ਜਿਹੜਾ ਟੋਰਚ ਰੈਲਰ ਹਨ ਉਹ ਕਰਨ ਜਾ ਰਹੇ ਹਾਂ ਸਵਾਲ ਜਰੂਰ ਪੁੱਛਣਾ ਚਾਹੂੰਗਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬੀ ਬੈਠੇ ਹੋਏ ਐ ਉਹਨਾਂ ਦਾ ਹਰ ਵੇਲੇ ਇਸ ਚੀਜ਼ ਤੇ ਧਿਆਨ ਲੱਗਿਆ ਹੋਇਆ ਉਹ ਹਰ ਵਲ ਦੀ ਖਬਰ ਜਾਣਨਾ ਚਾਹੁੰਦੇ ਆ ਕਿ ਕੀ ਹੋ ਰਿਹਾ ਉੱਥੇ ਸਾਨੂੰ ਥੋੜਾ ਜਿਹਾ ਉੱਥੇ ਦੇ ਲੋਕਾਂ ਬਾਰੇ ਉੱਥੇ ਦੱਸੋ ਜਿਹੜੇ ਉੱਥੇ ਐਨਆਰਆਈ ਬੈਠੇ ਨੇ ਕੀ ਕੁਝ ਉਹ ਗੱਲਾਂ ਕਰਦੇ ਨੇ ਕੀ ਕੁਝ ਉਹ ਵਿਚਾਰ ਕਰਦੇ ਨੇ ਤੇ ਕੀ ਉਹਨਾਂ ਦੇ ਦਿਲ ਦੇ ਵਿੱਚ ਚੱਲਦਾ ਜਦੋਂ ਇਸ ਅੰਦੋਲਨ ਬਾਰੇ ਗੱਲ ਹੁੰਦੀ ਹੈ ਦੇਖੋ ਦੇ ਆਰ ਵੈਰੀ ਮੱਚ ਕਨਸਰਨਡ ਐਵਰੀ ਡੇ ਡਿਫਰੈਂਟ ਇੰਟਰਸੈਕਸ਼ਨਸ ਤੇ ਜਾਂਦੇ ਆ ਬਹੁਤ ਜਾ ਕੇ ਆਪਣਾ ਕੀ ਕਹਿੰਦੇ ਡੈਮੋਨਸਟ੍ਰੇਸ਼ਨ ਕਰਦੇ ਆ ਇੱਕ ਮੇਰੇ ਫਰੈਂਡ ਨੇ ਜਸਵਿੰਦਰ ਸਿੰਘ ਦਿਲਾਵਰੀ ਉਹਨਾਂ ਨੇ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਕੀਤਾ ਹੈ ਪਰ ਹੈਪਸ ਸਗੋਂ ਉਹ ਪਹਿਲਾਂ ਉਰੇ ਮੀਡੀਆ ਦੇ ਵਿੱਚ ਵੀ ਸੀਗੇ ਦੀ ਉਹਨਾਂ ਨੇ ਮੈਨੂੰ ਸਾਰੇ ਜਿਹੜੇ ਕੰਟੈਕਟਸ ਨੇ ਉਹ ਮੈਨਾਂ ਸ਼ੇਅਰ ਕੀਤੇ ਉੱਥੇ ਬੈਠੇ ਵੀ ਉਹਨਾਂ ਦਾ ਇੱਕ ਐਗਜ਼ਾਮ ਹੈ ਬਟ ਬਹੁਤ ਜ਼ਿਆਦਾ ਕੰਸਰਨ ਨੇ ਕਨੈਕਟਿਡ ਨੇ ਸੋ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਲੋਕੀ ਨੇ ਜਿਹੜੇ ਕਨੈਕਟਿਡ ਹੈਗੇ ਕੰਸਰਨਡ ਹੈਗੇ ਹੈ ਬਟ ਲੇਟਲੀ ਕਿਉਂਕਿ ਲੋਕਡਾਊਨ ਹੈ ਜਾਂ ਹੋਰ ਕਈ ਚੀਜ਼ਾਂ ਕਰਕੇ ਆ ਨਹੀਂ ਪੌਂਦੇ ਬਟ ਜਿੰਨਾ ਵੀ ਹੋ ਸਕਦਾ ਹੈ ਉਤੋਂ ਯੋਗਦਾਨ ਪਾ ਰਹੇ ਪਰ ਜੋੜੇ ਬਹੁਤ ਜ਼ਿਆਦਾ ਹੋਏ ਆ ਦਿਨੋਂ ਕਿਉਂਕਿ ਇਹ ਹੁਣ ਜਿਹੜਾ ਪ੍ਰੋਟੈਸਟ ਹੈ ਇਹ ਵਰਲਡ ਦਾ ਕਹਿ ਲਓ ਵੀ ਵਰਲਡ ਬੁੱਕ ਦੇ ਵਿੱਚ ਨਾਮ ਲਿਖਿਆ ਗਿਆ ਐਨ ਲੋਂਗੇਸਟ ਐਂਡ ਪੀਸਫੁਲ ਹੋ ਗਿਆ ਹੈਗਾ ਤੇ ਮਤਲਬ ਇਹ ਹੁਣ ਸਾਰੇ ਲੋਕਾਂ ਦਾ ਬਹੁਤ ਜ਼ਿਆਦਾ ਕਹਿ ਲੋ ਵੀ ਵੀ ਅੰਗ-ਅੰਗ ਉਹਨਾਂ ਦਾ ਇਹਦੇ ਵਿੱਚ ਹੈਗਾ ਹਰੇਕ ਬੰਦਾ ਬਹੁਤ ਜ਼ਿਆਦਾ ਕਨਸਰਨਡ ਹੈ ਇੱਕ ਮੈਨੂੰ ਦੱਸੋ ਕਿ ਹੁਣ ਮੈਂ ਤੁਹਾਡੀ ਇੰਡਸਟਰੀ ਦੇ ਨਾਲ ਜੁੜੀ ਹੋਈ ਗੱਲ ਕਰੂੰਗਾ ਕਿ ਇੱਥੇ ਅਸੀਂ ਦੇਖਿਆ ਕਿ ਪੰਜਾਬ ਦੇ ਅਦਾਕਾਰ ਹੋਣ ਕਲਾਕਾਰ ਹੁਣ ਸਾਰੇ ਕਿਸਾਨਾਂ ਦੇ ਕੋਲ ਪਹੁੰਚਦੇ ਆ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਪਰ ਇੱਕ ਪਾਸੇ ਸਾਡੀ ਦੂਜੀ ਇੰਡਸਟਰੀ ਹੈ ਬਾਲੀਵੁੱਡ ਵਾਲੀ ਉਹਦੇ ਬਹੁਤ ਸਾਰੇ ਅਦਾਕਾਰ ਜਿਹੜੇ ਨੇ ਉਸ ਤਰੀਕੇ ਕਿਸਾਨਾਂ ਤੋਂ ਵੱਖ ਖੜੇ ਨਜ਼ਰ ਆਉਂਦੇ ਨੇ ਤਾਂ ਉਸ ਪੂਰੇ ਕਟਾ ਕਰਮ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਿਉਂਕਿ ਕਾਰਕਾਰ ਦੇ ਤੌਰ ਤੇ ਤੁਹਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਉਹ ਦਬਾਅ ਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਚੀਜ਼ਾਂ ਦੀ ਜਾਂ ਉਹ ਕਿਸੇ ਨਾਦਰ ਖੰਡੋਂ ਡਰਨੇ ਤੇ ਮੈਂ ਰਿਐਲਿਟੀ ਦੱਸੂਗਾ ਬਿਲਕੁਲ ਸੱਚ ਦੱਸੂਗਾ ਮੈਂ ਕੋਈ ਝੂਠ ਨਹੀਂ ਬੋਲੂਗਾ ਤੇ ਐਨੀ ਮੇ ਟ੍ਰੂ ਫੈਕਟ ਰਿਐਲਿਟੀ ਦੱਸੂਗਾ ਵੀ ਮੇਬੀ ਮੇ ਹੋ ਸਕਦਾ ਕਈਆਂ ਨੂੰ ਪਸੰਦ ਨਾ ਆਵੇ ਉਹ ਦੇਖੋ ਜਿਹੜੇ ਬਾਲੀਵੁੱਡ ਵਾਲੇ ਆਰਟਿਸਟ ਨੇ ਨਾ ਉਹ ਕਿ ਇਹ ਵੀ ਉਹਨਾਂ ਨੂੰ ਗਵਰਨਮੈਂਟ ਤੋਂ ਬਹੁਤ ਤਰ੍ਹਾਂ ਦੀ ਚੀਜ਼ਾਂ ਦੀ ਹੈਲਪ ਦੀ ਲੋੜ ਹੁੰਦੀ ਹੈ 에어ਪੋਰਟ ਤੇ ਜਾਣਾ ਸਮ ਟਾਈਮ ਸਿਕਿਉਰਿਟੀ ਚਾਹੀਦੀ ਹੈ ਠੀਕ ਹੈ ਕਦੀ ਕਿਤੇ ਹੋਰ ਜਾਣਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਰਵਿਸਿਜ਼ ਚਾਹੀਦੀਆਂ ਹੁੰਦੀਆਂ ਆਪਾਂ ਦੇਖਦੇ ਨੇ ਵੀ ਜਦੋਂ 에어ਪੋਰਟ ਤੇ ਜਾਓ ਕੋਈ ਵੱਡਾ ਆਰਟਿਸਟ ਆ ਰਿਹਾ ਚਾਰ ਬੰਦੇ ਉਹਨੂੰ ਘੇਰ ਕੇ ਲੈ ਜਾਂਦੇ ਸਿੱਧਾ ਜਾ ਚ ਬਹਿ ਜਾਂਦਾ ਕਈ ਤਾਂ ਸਿੱਧਾ ਹੀ ਰਨਵੇ ਤੋਂ ਜਾ ਕੇ ਗੱਡੀ ਜਾ ਕੇ ਛਾੜ ਦਿੰਦੇ ਹਨ ਸੋ ਕਹਿਣ ਦਾ ਮਤਲਬ ਉਹਨਾਂ ਨੂੰ ਜਿਹੜੀ ਫੈਸਿਲਿਟੀਆਂ ਪ੍ਰੋਵਾਈਡ ਹੁੰਦੀਆਂ ਨੇ ਉਹ ਗਵਰਨਮੈਂਟ ਕਰਦੀ ਹੈ ਤੇ ਜੇ ਉਹ ਗਵਰਨਮੈਂਟ ਦੇ ਅਗੇਂਸਟ ਕੋਈ ਗੱਲ ਬੋਲ ਉਹ ਕੋ ਗੱਲ ਕਰਨਗੇ ਉਹ ਹਮੇਸ਼ਾ ਉਹਨਾਂ ਪੱਖੀ ਗੱਲ ਹੀ ਕਰਨਗੇ ਉਹ ਕਦੀ ਵੀ ਆਪਣੇ ਪੱਖੀ ਗੱਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਵੀ ਉਹਨਾਂ ਨੇ ਉਹਦੇ ਅਗੇਂਸਟ ਬੋਲਣਾ ਨਹੀਂ ਕਿਉਂਕਿ ਉਹਨੇ ਫਰੈਂਡਸ਼ਿਪ ਆਪਸ ਚ ਉਹ ਕਹਿੰਦਾ ਯਾਰ ਤੂੰ ਮੇਰੇ ਬਾਰੇ ਗਲਤ ਬੋਲੇਗਾ ਮੈਂ ਤੇਰਾ ਅਗਲੀ ਵਾਰੀ ਤੋਏ ਸਿਕਿਉਰਿਟੀ ਘਟਾ ਦੂੰਗਾ ਜਾਂ ਕੋਈ ਹੋਰ ਚੀਜ਼ ਘਟਾ ਦੂੰਗਾ ਸੋ ਜਦੋਂ ਕਿ ਬਹੁਤ ਗਨੇ ਛੁਨੇ ਲੋਕ ਅੱਗੇ ਆਏ ਆ ਬਹੁਤ ਗਨੇ ਹਾਂ ਬਿਲਕੁਲ ਦੇਖੋ ਉਹੀ ਆਏ ਆ ਜਿਹੜੇ ਮਤਲਬ ਪੂਰੇ ਜਿਵੇਂ ਨਸ਼ੀਰੁद्दीन ਸ਼ਾ ਮਤਲਬ ਫਾਈਨ ਐਕਟਰ ਤੇ ਮਤਲਬ ਇਮਾਨਦਾਰ ਬੰਦਾ ਹੈ ਨਾ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਜਿੱਦ ਦਿਨ ਅਸੀਂ ਇਹਨਾਂ ਦੇ ਅਗੇਂਸਟ ਬੋਲਤਾ ਸਾਡੀ ਸਰਵਿਸਿਜ਼ ਕੱਟੀਆਂ ਜਾਣਗੀਆਂ ਤੇ ਹੁਣ ਅੰਡਾਨੀ ਅਮਾਨੀ ਜਿਹੜੇ ਹੁਣ ਦੇਖੋ ਫਾਈਨੈਂਸ਼ੀਅਲ ਪ੍ਰੋਡਿਊਸਰ ਨੇ ਹੈ ਨਾ ਪ੍ਰੋਡਿਊਸਰ ਆਫ ਦ ਮੂਵੀਜ਼ ਨੇ ਜੇ ਹੁਣ ਆਪਾਂ ਕਹਿ ਲਵੋ ਵੀ ਪ੍ਰੋਡਿਊਸਰ ਉਹਨਾਂ ਦੀ ਫਿਲਮ ਪ੍ਰੋਡਿਊਸ ਕਰਨਾ ਬੰਦ ਕਰ ਦੂਗਾ ਤਾਂ ਉਹਦਾ ਜਿਹੜਾ ਕਿੱਤਾ ਹੈ ਜਾਂ ਅੱਗੇ ਹੈ ਉਹਨੂੰ ਡਰ ਪੈ ਜਾਊਗਾ ਮੇਰੀ ਜੌਬ ਘਟ ਜੂਗੀ ਸੋ ਉਹਦੇ ਅਗੇਂਸਟ ਕਦੀ ਬੋਲੂਗਾ ਹੀ ਨਹੀਂ ਸੋ ਬੋਲਦੇ ਹੀ ਨਹੀਂ ਉਹ ਜੇ ਗੱਲ ਵੀ ਕਰਨਗੇ ਕਹਿਣਗੇ ਅ ਗੱਲੇ ਕਰਨਗੇ ਗੱਲੇ ਨਹੀਂ ਕਰਨਗੇ ਵੀ ਯਾਰ ਵੀ ਉਹ ਕੁਝ ਗਲਤ ਕੀ ਹੈ ਹਾਂ ਬਿਲਕੁਲ ਕਰਨਗੇ ਨਹੀਂ ਉਹ ਕਹਿਣਗੇ ਰਲ ਮਿਲ ਕੇ ਗੱਲ ਕਰ ਲਓ ਉਹਨਾਂ ਨੇ ਕ੍ਰਿਟਿਸਾਈਜ਼ ਜਾਇ ਇਮਾਨਦਾਰੀ ਦੀ ਗੱਲ ਨਹੀਂ ਦੱਸਣੀ ਸੋ ਬਿਲਕੁਲ ਇਹ ਓਨੈਸਟ ਮੈਂ ਦੱਸ ਰਹੇ ਹਾਂਗੇ ਬਿਲਕੁਲ ਓਨੈਸਟ ਵੀ ਥਿਸ ਇਜ਼ ਦਾ ਪ੍ਰੋਬਲਮ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹਾਂਗਾ ਖਾਸ ਤੌਰ ਤੇ ਅੰਦੋਲਨ ਦੇ ਨਾਲ ਜੁੜਿਆ ਸਵਾਲ ਹੈ ਕਿ ਇੱਕ ਪਾਸੇ ਜਿਹੜੇ ਲੀਡਰ ਇਸ ਵੇਲੇ ਲੀਡ ਕਰ ਰਹੇ ਨੇ ਤੇ ਜਿਹੜੀ ਪੰਜਾਬ ਦੀ ਬਹੁਤ ਸਾਰੀ ਜਵਾਨੀ ਹੈ ਉਹਨਾਂ ਦੇ ਵਿੱਚ ਥੋੜਾ ਜਿਹਾ ਆਪਸੀ ਤੌਰ ਤੇ ਬਹੁਤ ਸਾਰੀਆਂ ਗੱਲਾਂ ਨੂੰ ਸਹਿਮਤੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਜਿਵੇਂ ਕਿ ਹੁਣ ਬਠਿੰਡਾ ਦੇ ਵਿੱਚ ਲੱਖਾਂ ਸਿਧਾਣਾ ਇਕੱਠ ਕਰਦੇ ਨੇ ਉੱਥੇ ਬਹੁਤ ਸਾਰੇ ਨੌਜਵਾਨ ਆਉਂਦੇ ਨੇ ਦੂਜੇ ਪਾਸੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਨਾਲ ਅੰਦੋਲਨ ਤੇ ਕੋਈ ਪ੍ਰਭਾਵ ਪੈ ਸਕਦਾ ਹੈ ਤੇ ਜੇਕਰ ਇਹ ਅੰਦੋਲਨ ਜਿਤਰਾ ਹੈ ਤਾਂ ਸਭ ਨੂੰ ਮਿਲ ਜੁੜ ਕੇ ਚੱਲਣਾ ਚਾਹੀਦਾ ਹੈ ਨੌਜਵਾਨਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਦੇਖੋ ਮੈਂ ਆਪਣੇ ਪਰਸਨਲ ਫੇਸਬੁੱਕ ਤੇ ਉੱਪਰ 27 ਤਰੀਕ ਨੂੰ ਹੀ 28 ਤਰੀਕ ਨੂੰ ਇੱਕ ਪਾਈ ਸੀਗੀ ਪੋਸਟ ਪ ਮਤਲਬ ਗਲਤ ਕਰ ਲੇ ਦੇਖੋ ਆਪਣੇ ਬੱਚੇ ਆਪਾਂ ਸਾਰੇ ਜੁੜੇ ਹੋਏ ਆਂ ਅੰਦੋਲਨ ਦੇ ਨਾਲ ਕਿ ਪਹਿਲੇ ਦਿਨ ਤੋਂ ਹੀ ਕਿੰਨੇ ਜ਼ਿਆਦਾ ਆਪਾਂ ਕਨੈਕਟਡ ਹੈਗੇ ਆਂ ਹਨਾ ਆਪਣਾ ਇੱਕ ਬੱਚਾ ਚਲੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਗਲਤੀ ਕੀਤੀ ਚਲੋ ਲੈਟਸ ਅਸਿਊਮ ਆਪਾਂ ਫॉर 1 ਸੈਕਿੰਡ ਆਪਾਂ ਅਸਿਊਮ ਕਰ ਲઈએ ਵੀ ਚਲੋ ਇੱਕ ਗਲਤੀ ਹੋ ਵੀ ਗਈ ਤੁਸੀਂ ਉਹਨੂੰ ਕੀ ਕਹੋਗੇ ਵੀ ਤੂੰ ਗੱਦਾਰ ਹੋ ਗਿਆ ਤੋ ਕਹਿੰਗਾ ਵੀ ਤੂੰ ਗਲਤ ਕੰਮ ਕਰ ਲਿਆ ਆਪਣਾ ਬੱਚਾ ਜੇ ਕੁਝ ਗਲਤ ਕੰਮ ਸ਼ਰਾਬ ਪੀ ਕੇ ਘਰੇ ਆ ਜਾਂਦਾ ਆਪਾਂ ਉਹਨੂੰ ਕਹਿੰਦੇ ਸ਼ਰਾਬੀ ਹੋ ਗਿਆ ਇਹ ਥੋੜੀ ਕਹਿੰਨੇ ਇਹ ਕੋਈ ਵੀ ਬੱਚਾ ਆਪਣੇ ਉਹ ਪੇਰੈਂਟ ਆਪਣੇ ਬੱਚੇ ਨੂੰ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਆਓ ਆਪਾਂ ਇੱਥੇ ਡਿਸਕਸ਼ਨ ਕਰਦੇ ਹਾਂ ਐਂਡ ਲੈਟਸ ਨਾਟ ਡੂ ਸਮਥਿੰਗ ਥੈਟ ਸ਼ੁੱਡ ਗੋ ਆਊਟ ਆਫ ਦ ਵੇ ਵੀ ਸ਼ੁੱਡ ਰਿਜ਼ੋਲਵ ਇਟ ਮਤਲਬ ਮੈਂ ਓਨੈਸਟਲੀ ਮੈਂ ਫਿਰ ਕਹਿ ਦਣਾ ਸ਼ਰਮ ਗੱਲ ਇਹ ਇਹਦੇ ਨਾਲ ਕੀ ਹੁੰਦਾ ਭਾਈ ਜੀ ਆਪਦੇ ਆਪ ਦੀ ਆਪਣੇ ਘਰ ਹੀ ਲੜਾਈ ਚੱਲਦੀ ਹੋਵੇ ਮੈਂ ਕਹਿੰਦਾ ਹਸਬੰਡ ਵਾਈਫ ਦੀ ਲੜਾਈ ਚੱਲਦੀ ਹੋਵੇ ਗਵਰਡੀ ਨੂੰ ਪਤਾ ਨਹੀਂ ਹੁੰਦਾ ਤੇ ਜੇ ਆਪਾਂ ਲੜੀ ਜਾਈਏ ਘਰ ਵਾਲੇ ਤਾਂ ਗਵਰਨਮੈਂਟ ਨੂੰ ਤਾਂ ਮੌਕਾ ਮਿਲ ਹੀ ਜਾਣਾ ਵੀ ਇਹ ਤਾਂ ਆਪਸ ਹੀ ਲੜੀ ਜਾਂਦੇ ਐ ਸੋ ਮੇਰੇ ਹਿਸਾਬ ਨਾਲ ਨਹੀਂ ਜੀ ਇਕੱਠੇ ਚੱਲਣਾ ਚਾਹੀਦਾ ਇਸ ਲੜਾਈ ਦੇ ਨਾਲ ਮੌਕਾ ਮਿਲ ਰਿਹਾ ਗਵਰਨਮੈਂਟ ਨੂੰ ਵੀ ਮੌਕਾ ਮਿਲ ਰਿਹਾ ਕਿ ਇਹਨਾਂ ਨੂੰ ਆਪਸ ਦੇ ਵਿੱਚ ਉਲਝਾ ਦਿਓ ਤੇ ਤੁਹਾਡਾ ਅੰਦੋਲਨ ਜਿਹੜਾ ਹੈ ਉਹ ਠੰਡੇ ਬਸਤੇ ਪਾ ਬਿਲਕੁਲ ਦੇਖੋ ਹੁਣ ਜੇ ਆਪਾਂ ਪਾਕਿਸਤਾਨ ਨਾਲ ਲੜਾਈ ਲੜਦੇ ਤੇ ਉਹ ਜਿਹੜੇ ਸੋਲਜਰ ਆਪਸ ਹੀ ਲੜੀ ਜਾ ਰਹੇ ਐ ਇੰਡੀਆ ਵਾਲੇ ਤਾਂ ਕਹਿਣਗੇ ਭਾਈ ਜੀ ਵਧਾਈ ਐ ਤੇ ਵਧੀਆ ਆਪਸ ਹੀ ਲੜੀ ਜਾ ਰਹੇ ਐ ਸੋ ਡੈਫੀਨੇਟਲੀ ਵੈਨ ਯੂਰ ਆਪੋਨੈਂਟ ਜਿਹੜਾ ਹੈ ਤਾਂ ਯੂ ਗੇਟ ਅ oportunity ਟੂ ਮਤਲਬ ਉਹਨਾਂ ਦੇ ਉੱਪਰ ਮਤਲਬ ਕਿੰਨੀ ਤਰ੍ਹਾਂ ਦੀ ਆਪਸ ਚ ਲੜਾਈ ਹੋ ਗਈ ਹੈ ਨਾ ਕਿੰਨੇ ਤਰ੍ਹਾਂ ਦੇ ਵਿਵਾਦ ਖੜੇ ਹੋਗੇ 26 ਤਰੀਕ ਤੋਂ ਬਾਅਦ ਇਹ ਬਿਲਕੁਲ ਮਾੜੀ ਗੱਲ ਹੈ ਪਹਿਲੀ ਗੱਲ ਤਾਂ ਚਲੋ ਜੀ ਹੋ ਵੀ ਗਿਆ ਤੁਸੀਂ ਬਹਿ ਕੇ ਗੱਲ ਕਰ ਲਓ ਬਈ ਜੀ ਤੁਸੀਂ ਦੁਨੀਆ ਸਾਹਮਣੇ ਇੱਕ ਦੂਜੇ ਨੂੰ ਮਤਲਬ ਮੇਰੇ ਹਿਸਾਬ ਨਾਲ ਗਲਤ ਹੈ ਇਸ ਇਸ ਅੰਦੋਲਨ ਦਾ ਹੁਣ ਤੁਸੀਂ ਅੱਗੇ ਅੱਗੇ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ ਕੀ ਲੱਗਦਾ ਹੈ ਕਿ ਲੜਾਈ ਇਹ ਲੰਬੀ ਚੱਲਣ ਵਾਲੀ ਹੈ ਤੇ ਖਾਸ ਤੌਰ ਤੇ ਨੌਜਵਾਨਾਂ ਦੀ ਭੂਮਿਕਾ ਤੁਹਾਨੂੰ ਕੀ ਲੱਗਦੀ ਹੈ ਕਿ ਕਿਵੇਂ ਰਹਿਣੀ ਚਾਹੀਦੀ ਹੈ ਤੇ ਕੀ ਤੁਹਾਡੇ ਵੱਲੋਂ ਤੁਹਾਡਾ ਕੀ مشਵਰਾ ਹੈ ਕਿ ਨੌਜਵਾਨਾਂ ਨੂੰ ਕਿਸ ਤਰੀਕੇ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਤੇ ਕਿ ਕੀ ਭੂਮਿਕਾ ਦਾ ਕਰਨ ਦੇਖੋ ਸਾਰੇ ਨੂੰ ਇਕੱਠੇ ਲੈਣਾ ਚਾਹੀਦਾ ਨੌਜਵਾਨ ਬਹੁਤ ਜ਼ਿਆਦਾ ਲਖਸਦਾਨਾ ਦੀਪ ਸਿੱਧੂ ਨੂੰ ਸਪੋਰਟ ਕਰਦੇ ਐ ਐਂਡ ਆਈ ਥਿੰਕ ਇਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਯੂਥ ਹੈ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਐਵਰੇਜ ਏਜ ਤੁਸੀਂ ਜਦੋਂ ਦੇਖੋਗੇ ਨਾ ਫਾਰਮਰ ਲੀਡਰਸ ਦੀ ਜਿਹੜੀ ਉਹ 50 ਪਲੱਸ ਹੈ ਠੀਕ ਹੈ ਨਾ ਸਮ ਟਾਈਮ ਯੂਥ ਯੂਥ ਨੂੰ ਲਿਸਨ ਕਰਦਾ ਹੈ ਨਾ ਸਮ ਟਾਈਮਸ ਇਨਕਰੇਜਮੈਂਟ ਜਾਂ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਸੋ ਦੋਨਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਬਾਕੀ ਦੇਖੋ ਅੰਦੋਲਨ ਆਪਾਂ ਜਿੱਤਾਂਗੇ ਅੱਜ ਜਿੱਤ ਲਈਏ ਕੱਲ ਜਿੱਤ ਲਈਏ ਜਿਵੇਂ ਮੈਂ ਦੱਸਿਆ 3-4 ਮਹੀਨੇ ਟੱਪ ਗਿਆ ਤਾਂ ਸਰਕਾਰ ਤੇ ਦਬਾਅ ਪਾਣਾ ਸ਼ੁਰੂ ਹੋ ਜਾਊਗਾ ਬਾਕੀ ਅਕਾਲਪੁਰ ਕੁ ਵਾਇਗਰੂ ਨੇ ਜਸਟੀਫਿਕੇਸ਼ਨ ਕਰ ਦੇਣੀ ਹੈ ਮੈਂ ਜਿਹੜੇ ਪਿੰਡ ਚ ਰੋਜ਼ ਦੁਪਹਿਰੇ ਪਾਠ ਹੁੰਦੇ ਆ ਠੀਕ ਹੈ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ ਚ ਘਰਾਂ ਘਰਾਂ ਚ ਐਵਰੀਡੇ ਲੰਗਰ ਚੱਲ ਰਿਹਾ ਹੈ ਦੇਖੋ ਜਦੋਂ ਤੁਸੀਂ ਵਾਇਗਰੂ ਦੇ ਚਰਨਾਂ ਦੇ ਵਿੱਚ ਇੰਨੀ ਜ਼ਿਆਦਾ ਅਰਦਾਸਾਂ ਕੀਤੀਆਂ ਨੇ ਤੇ ਇਹ ਟਾਈਮ ਲੱਗ ਸਕਦਾ ਪਰ ਆਪਾਂ ਹਾਰਦੇ ਨਹੀਂ ਮੇਰਾ ਬਲੀਫ ਤਾਂ ਇਹੀ ਹੈ ਵੀ ਅਕਾਲਪੁਰ ਕੋ ਵਾਹਿਗੁਰੂ ਦੇ ਕਹਿ ਲੋ ਵੀ ਬਾਣੇ ਦੇ ਵਿੱਚ ਰਹਿਣਾ ਚਾਹੀਦਾ ਤੇ ਆਪਾਂ ਜਿੱਤਾਂਗੇ ਜ਼ਰੂਰ ਹੁਣ ਆ ਮਤਲਬ ਆਪਾਂ ਹੁਣ ਇੰਨਾ ਫਾਈਟ ਕਰਕੇ ਗਿਵ ਅਪ ਨਹੀਂ ਕਰ ਸਕਦੇ ਵੀ ਮਸਟ ਫਾਈਟ ਐਂਡ ਸਟੈਂਡ ਫॉर ਯੂਨਿਟੀ ਬਹੁਤ ਧੰਨਵਾਦ ਐਸਨ ਕਰਮਬਾੜ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅੰਦੋਲਨ ਲੰਬਾ ਚੱਲ ਸਕਦਾ ਹੈ ਪਰ ਜਿਸ ਸ਼ਿੱਦਤ ਦੇ ਨਾਲ ਲੋਕ ਲੱਗੇ ਹੋਏ ਨੇ ਕਿ ਲੜਾਈ ਜ਼ਰੂਰ ਜਿੱਤੀ ਜਾਏਗੀ ਤੇ ਕਿਸਾਨਾਂ ਨੂੰ ਜਿਹੜੇ ਲੀਡਰ ਇਸ ਵੇਲੇ ਉੱਥੇ ਲੀਡ ਕਰ ਰਹੇ ਇਹਨਾਂ ਨੂੰ ਨੌਜਵਾਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਤਾਂ ਜੋ ਮਿਲ ਜੁਲ ਕੇ ਇਸ ਲੜਾਈ ਨੂੰ ਅੱਗੇ ਵਧਾਇਆ ਜਾ ਸਕੇ ਤੇ ਜਿੱਤਿਆ ਜਾ ਸਕੇ ਕੈਮਰਾ ਪਰਸਨ ਬਲਜੀਤ ਦੇ ਨਾਲ ਕੁਲਵਿੰਦਰ ਸਿੰਘ ਜਸਟੀਵੀ ਚੰਡੀਗੜ੍ਹ